ਲੈ ਬਈ ਸਾਡਾ ਕੈਮਰਾਮੈਨ ਹੈ ਜਿਹੜਾ ਕੁੜੀ ਜੰਮੂ ਵਾਲਾ, ਉਹ ਕੁਛ ਬੋਲਦਾ ਨਹੀਂ, ਸਾਨੂੰ ਪਤਾ ਨਹੀਂ ਲੱਗਦਾ ਵੀ ਚੱਲੂ ਹੈ ਕਿ ਨਹੀਂ। ਮੁੰਡਿਆਂ ਨੇ ਨਾ ਕੁੜੀਆਂ ਨੇ ਕਦੇ ਆਪੇ ਵਿਆਹ ਨਹੀਂ ਕਰਾਏ, ਮਾਂ ਪਿਓ ਨੇ ਹੀ ਕਰੇ ਸੀ ਅੱਜ ਤੱਕਰ। ਮਤਲਬ ਪੁਰਾਣੇ ਜਿਹੇ ਤਰੀਕੇ ਨਾਲ ਚੱਲੀ ਜਾਂਦਾ ਸਿਸਟਮ, ਦੇਖਾ ਦਾਖੀ ਵੀ ਨਹੀਂ ਕਰੀ ਸੀ ਮੁੰਡਿਆਂ ਦੀ, ਤਾਂ ਦੇਖਾ ਦਾਖੀ ਕਰਕੇ ਲਿਆਉਂਦੇ ਸੀ ਮੁੰਡੇ। ਲੈ ਵੀ ਅੱਜ ਬਾਈ ਆਇਆ ਸਾਡੇ ਪਿੰਡੋਂ, ਬਹੁਤ ਦਿਨਾਂ ਬਾਅਦ ਆਇਆ। ਉਹ ਤਾਂ ਉਹਨਾਂ ਹੀ ਰਹਿੰਦਾ ਹੈ। ਲਓ ਵੀ ਮਿੱਤਰੋ, ਆ ਗਏ ਇੱਕ ਹੋਰ ਵੀਡੀਓ ਲੈ ਕੇ, ਮੈਂ ਤੁਹਾਡਾ ਆਪਣਾ ਅਮਨ ਗਿੱਲ, ਅਤੇ ਉਹ ਬੈਠੀ ਮੇਰੀ ਮੰਮੀ ਰਾਣੀ ਗਿੱਲ, ਅਤੇ ਕੰਮ ਕਾਰ ਚੱਲੀ ਜਾਂਦੇ ਅੱਜ ਸਾਡੇ ਆ ਹੋਲੀ, ਅਤੇ ਹੋਲੀ ਦੇ ਮੁੱਖ ਰੱਖਦੇ ਹੋਏ ਸਾਡੇ ਰਸੋਈ ਦੀ ਸਫਾਈ ਚੱਲੀ ਜਾਂਦੀ ਹੈ। ਫਿਰ ਅੱਗੇ ਆਉਣ ਵਾਲੀਆਂ ਗਰਮੀਆਂ, ਨਾਲੇ ਕਿਰਲੀਆਂ ਕੁਰਲੀਆਂ ਬਾਹਰ ਟੱਪ ਜਾਣਗੀਆਂ, ਤੇ ਸਫਾਈ ਮੇਨ ਅੰਦਰਾਂ ਚ ਕਿਰਲੀਆਂ ਹੀ ਹੁੰਦੀਆਂ, ਸਾਰੀ ਵਿਹਲੀ ਕਰ ਲਈ। ਆਹ ਵੇਖੋ, ਤੇ ਆਹ ਹੈ ਤਾਂ ਥਾਂ ਥੋੜਾ ਜਿਹਾ ਹੀ ਲੱਗਦਾ, ਪਰ ਇਹ ਸਮਾਨਾ ਬਹੁਤ ਹੈ, ਛੋਟਾ 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 ਕੱਪ ਗਲਾਸ, ਕੱਚ ਦੇ ਕੋਲੀਆਂ ਬਾਟੀਆਂ, ਤੇ ਚਾਹ ਵੀ ਉਬਲ ਗਈ। ਹਾਂ, ਅੱਧਾ ਕਾਹ ਪਿਆ, ਅੱਧਾ ਕੁਸ ਆਹ ਪਿਆ, ਆਹ ਸਾਰਾ ਰਸੋਈ ਵਾਲਾ ਹੀ ਹੈ ਸਿਸਟਮ, ਆਹ ਪਏ। ਹਾਂ, ਆਹ ਖਾਣ ਪੀਣ ਵਾਲਾ, ਮਾਂਜਣ ਵਾਲਾ ਸਾਰਾ ਸਮਾਨ ਇੱਧਰ ਕੱਢ ਲਿਆ ਵੀ ਗਿੱਲਾ ਨਾ ਹੋ ਜਾਵੇ, ਅਤੇ ਆਹ ਬਣੀ ਜਾਂਦੀ ਹੈ ਜੋ ਬਹੁਤ ਜ਼ਰੂਰੀ ਹੋਈ ਪਈ ਹੈ, ਚਾਹ। ਅਤੇ ਇੱਕ ਸਾਡਾ ਸਵੇਰੇ ਨਾਲ ਹੀ ਸਾਰਿਆਂ ਨੂੰ, ਰਿੰਕੂ ਨੇ ਤਾਂ ਮੈਨੂੰ ਰਾਮ ਰਾਮ ਤਾਂ ਨਹੀਂ ਦਿੱਤੀ, ਅਤੇ ਇੱਕ ਸਾਡਾ ਪਾਰਸਲ ਆਇਆ ਪਿਆ, ਪਾਰਸਲ ਆਇਆ ਪਿਆ 230 ਰੁਪਈਆਂ ਦੀਆਂ ਤਿੰਨ ਪੈਂਟਾਂ ਮੰਗਾਈਆਂ ਸੀ, ਕੋਈ ਸੇਲ ਚੱਲਦੀ ਸੀ, ਮੰਗਾ ਲੈਣੀ ਸੀ। ਇਹ ਇੱਕ ਸਾਈਜ਼ ਦੀਆਂ ਹੀ ਆਉਂਦੀਆਂ, ਬਾਈ ਤਾਂ ਕਹਿੰਦਾ 30 ਨੰਬਰ ਆ ਜਾਊਗੀ, ਜੇ ਸਾਡੇ ਨਾਲ ਆਈ ਤਾਂ ਜਸ਼ਨ ਪੂਦੇ ਤਾਂ ਆਈ ਜਾਊਗੀ। ਅਸੀਂ ਪਰਵਾਹ ਨਹੀਂ ਕਰਦੇ ਸਾਈਜ਼ ਸੂਈ ਦੀ, ਅਸੀਂ ਬਸ ਸਸਤਾ ਆਉਣਾ ਚਾਹੀਦਾ, ਮੰਗਾ ਲੈਂਦੇ ਆਪਾਂ, ਸਸਤਾ ਹੀ ਪਾਉਂਦੇ ਹਾਂ। ਕਹਿੰਦਾ ਨਾ ਇਹਨਾਂ ਦੇ ਲੀੜਾ ਚੱਜਦਾ, ਨਾ ਇਹਨਾਂ ਦੇ ਕੁਛ ਚੱਜਦਾ, ਬਰਾਂਡਾ ਬਰੂਨਾਂ ਦੇ ਚੱਕਰ 'ਚ ਨਾ ਪਓ, ਮੂੰਹ ਚੱਜਦੇ ਹੋਣੇ ਚਾਹੀਦੇ ਆ, ਮੂੰਹ ਨਹੀਂ ਮੂੰਹ ਵੀ ਪਾਉਂਦੀ ਚੱਜਦਾ ਨਾ ਹੋਵੇ, ਬੰਦਾ ਗੱਲ ਚੱਜਦੀ ਕਰੇ ਤੇ ਕੰਮ ਚੱਜਦੇ ਕਰੇ, ਕੰਮ ਚੱਜਦੇ ਕਰੇ, ਉਹੀ ਬੰਦੇ ਕਹਿੰਦੇ ਆ ਨਾ ਕਿ ਆਓ ਭਾਓ ਬੰਦੇ ਦੀ ਰਹਿ ਜਾਣੀ ਹੈ, ਹੈਂ ਮੂੰਹ ਦਾ ਪ੍ਰੇਮ ਭਾਓ, ਤੇ ਬਾਕੀ ਇਹਨੇ ਕੁਛ ਹੀ ਨਹੀਂ ਰਹਿਣਾ, ਜਿਹੜੇ ਬੋਲ ਸ਼ਬਦ ਕਰ ਜਾਂਗੇ ਨਾ ਉਹ ਹੀ ਰਹਿਣਗੇ। ਬਾਕੀ ਮੈਂ ਤਾਂ ਮੇਰੇ ਪਿੰਡੋਂ ਆਈ ਸੀ ਨਾ, ਸਾਰਿਆਂ ਦੇ ਪਿੰਡੋਂ ਲੋਕ ਬਹੁਤ ਚਾਹੁੰਦੇ ਸੀ, ਅਜੇ ਤੱਕਰ ਵੀ ਮੇਰੀਆਂ ਸਹੇਲੀਆਂ ਜਿਹੜੀਆਂ ਉਹ ਐਂ ਕਹਿੰਦੀਆਂ ਵੀ ਤੂੰ ਗਈ ਤਾਂ ਗਈ ਕਿਉਂ ਇੱਥੋਂ, ਲੈ ਵੀ ਅੱਜ ਬਾਈ ਆਇਆ ਸਾਡੇ ਪਿੰਡੋ, ਬਹੁਤ ਦਿਨਾਂ ਬਾਅਦ ਆਇਆ। ਉਹ ਬੇਚਾਰੀ ਉਹਦਾ ਪੈਰ ਤੇ ਕੁਛ ਹੋ ਗਿਆ, ਸੁੱਜਿਆ ਵੇ ਹੈਗੇ,
ਪੈਰ ਵਿਖਾਉਣ ਆਏ ਆ ਮੇਰੇ ਮਾਮੇ ਨੂੰ ਅਤੇ ਪੈਰ ਪ੍ਰਕਾਸ਼ ਨੂੰ, ਹਾਂ ਓਮ ਪ੍ਰਕਾਸ਼ ਲਿੰਬਾ ਹੈ ਨਾ, ਅਤੇ ਮੈਂ ਫਿਰ ਵੇਖਦੀ ਹਾਂ ਬੈਠੀ ਗੁਰਮੀਤ ਦਾ ਆਪਣੇ ਦਾ ਧਰਮ ਭਰਾ ਤਾਂ ਮਾਮਾ ਹੈ ਸਾਡੇ, ਉਵੇਂ ਪਿੰਡ ਸਾਡਾ ਮਾਮਿਆਂ ਦਾ ਹੀ ਹੈ ਜ਼ੋਰ ਦੀ ਕਹਿੰਦੀ ਮੈਂ ਕਿਹਾ ਜਾਏਗੀ ਕਿ ਕਹਿੰਦੀ ਹਾਂ ਜਾਊਂਗੀ, ਮੈਂ ਕਿਹਾ ਜਾਏਗੀ ਕਿੱਥੇ, ਕਹਿੰਦੀ ਉਹ ਕਿਤੇ ਜਾਣਗੇ ਉੱਥੇ ਜਾਊਂਗੀ, ਮੈਂ ਕਿਹਾ ਉਹ ਕਿੱਥੇ ਜਾਂਦੇ, ਕਹਿੰਦੀ ਉਹ ਤਾਂ ਮੈਨੂੰ ਦੱਸਿਆ ਨੀ, ਮੈਂ ਕਿਹਾ ਲੱਠਾਂ ਵਾਲੀ ਜਾਂਦੇ ਕਿੱਥੇ ਜਾਣਾ, ਕਹਿੰਦੀ ਲੱਠਾਂ ਵਾਲੀ, ਹਾਂ ਫਿਰ ਇਹਨੇ ਮੈਂ ਰਾਤ ਨੂੰ ਦੱਸਿਆ ਸੀ ਨਾ ਨਾਮ, ਇਹਦੀ ਮਾਂ ਕਹਿੰਦੀ ਸੋ ਜਾ ਫਿਰ ਸਵੇਰੇ 4 ਵਜੇ ਉੱਠ ਕੇ ਜਾਣਾ, ਸਾਰੇ ਹੱਸਦੇ ਕਹਿੰਦੇ ਲਾਸਟ ਤੇ ਕਹਿੰਦੀ ਬਾਏ ਬਾਏ ਭਾਰੀ ਜੀ ਆਵਾਜ਼ ਚ, ਇਹ ਫਿਰ ਆਵਾਜ਼ ਬਹੁਤ ਭਾਰੀ ਹੈ ਇਹਦੀ, ਵਾਈਫਾਈ ਤੁਹਾਡਾ ਹੀ ਜਾਂਦਾ ਹੈ, ਵਾਈਫਾਈ ਸਾਡਾ ਪੜਦਾ, ਚੈਨਲ ਤੁਸੀਂ ਕਿਹੜਾ ਬਣਾ ਰੱਖਿਆ, ਮੇਰਾ ਨਾਮ ਦੱਸਿਆ ਲੈ ਤੇਰੇ ਕੋਲ ਫੋਨ ਹੈਗਾ, ਮਟੀਰੀਅਲ ਸਾਰਾ ਇੱਥੇ ਰੱਖਤਾ ਕੱਢ ਕੇ ਤੇ ਲੈ ਫੜ ਵੀਡੀਓ ਬਣਾ, ਤਾਂ ਚੱਕ ਕੇ ਬਣਾ ਬੰਦਿਆਂ ਦਾ ਬੋਤਲ ਤੇ ਲਾ ਕੇ ਕੱਢ ਜਸ਼ਨ ਦਾ ਵੀ ਕੋਈ ਨਾ, ਮੈਂ ਤਾਂ ਜੇਠ ਨੂੰ ਜੀ ਜੀ ਕਹਿੰਦੀ ਮੈਨੂੰ ਕਹਿੰਦਾ ਬੱਕਰੀ ਵੇ ਜੇਠਾ ਸੂਰਮਿਆ, ਹੁਣ ਕੱਲੀ ਨੂੰ ਟੱਕਰੀ ਵੇ ਜੇਠਾ ਸੂਰਮਿਆ, ਹੁਣ ਕੱਲੀ ਨੂੰ ਟੱਕਰੀ ਪਾਰਸਲ ਪਾੜ ਦਿੰਦੇ ਮਾਰ ਕੇ ਬਣੀ ਜਾਂਦਾ ਵੀਡੀਓ, ਕੰਬਾਈ ਜੇ ਤਾਂ ਨਹੀਂ ਜਾਂਦਾ, ਇਹ ਪਿੰਕੂ ਦੀਆਂ ਪੈਂਟਾਂ ਕਰੀਆਂ ਸੀ 3 ਆਰਡਰ, ਦੇਖਦੇ ਹਾਂ ਕੋਈ ਜਸ਼ਨ ਦੇ ਕੰਮ ਆਉਣਗੀਆਂ ਕਿ ਪਿੰਕੂ ਦੇ, ਇੱਕ ਪਿੰਕੂ ਦੇ ਹੀ ਆ ਜਾਣਗੀਆਂ, ਇੱਕ ਤਾਂ ਇਹ ਤਾਂ ਪੈਂਟਾਂ ਜਿਹੜੀਆਂ ਕਹੀਆਂ ਸੀ ਨਾ ਪਿੰਕੂ ਨੇ ਕੱਪੜੇ ਦੀਆਂ, ਇਹ ਤਾਂ ਕੱਪੜੇ ਦੀਆਂ ਨਹੀਂ, ਇਹ ਤਾਂ ਲੋਵਰ ਵਰਗੀਆਂ, ਠੀਕ ਹੈ ਤਾਂ ਲੈ ਮੈਂ ਹੁਣ ਕਿਹਾ ਸੀ ਵੇਖ ਪੈ ਤੂੰ ਕਰ ਸੁਨਾ ਤੇ ਕਚੈਰੀ ਖਾਲੀ ਸਰ ਬਣ ਵੀਰ ਬਿਨਾ, ਸੁੱਖਾਂ ਤੇਰੀਆਂ ਮੈਂ ਮੰਗਾ ਰੱਬ ਕੋਲੋਂ ਵੀਰਾ ਵੇ ਨੂੰ ਰੱਬੇ ਵਾਲਿਆ, ਹੈ ਤਾਂ ਮੈਂ ਬਲੂ ਕਲਰ ਦੀ ਦੋ ਨਿਕਲੀ 3 ਆਹ ਕਿਹੜੀ ਹੈ, ਆਹ ਵੇਖ ਆਹ ਵੇਖਣ 'ਚ ਉਹ ਕੱਪੜੇ ਵਾਂਗੂ ਹੀ ਲੱਗਦੀ ਹੈ ਹਨਾ, ਇਹਦੀ ਮੈਂ ਫੋਟੋ ਵੇਖੀ ਸੀ ਭਾਈ ਤੇ ਭਾਈ, ਪੈਂਟਾਂ ਤਾਂ ਸਾਰੀਆਂ ਆਉਣਗੀਆਂ ਪਰ ਆਉਣਗੀਆਂ ਤੇਰੇ ਕੰਮ, ਕਿਉਂ ਇੱਕੋ ਨਹੀਂ ਪਾਉਂਦਾ, ਚਲੋ ਪੈਂਟਾਂ ਸੋਹਣੀਆਂ ਟਰਾਈ ਮਾਰ ਕੇ ਦਿਆ, ਮੈਂ ਵੀ ਰਿੰਗ ਪਾਉਂਦਾ ਟਰਾਈ ਲੈ ਕੇ ਉਦੋਂ ਤੱਕ ਚੱਲ ਹੈ, ਲੈ ਬਈ ਸਾਡਾ ਕੈਮਰਾਮੈਨ ਹੈ ਜਿਹੜਾ ਕੁੜੀ ਜੰਮੂ ਵਾਲਾ ਉਹ ਕੁਛ ਬੋਲਦਾ ਨੀ, ਸਾਨੂੰ ਪਤਾ ਨੀ ਲੱਗਦਾ ਵੀ ਚੱਲ ਹੈ ਕਿ ਨਹੀਂ, ਆਹ ਦੇਖੋ ਜੇਬਾਂ ਬਹੁਤ ਵੱਡੀਆਂ ਤੇ ਫਿਟਿੰਗ ਵੀ ਬਹੁਤ ਸੋਹਣੀ,
ਤੇ ਬੈਲਟ ਬੁਲਟ ਦੀ ਲੋੜ ਨਹੀਂ ਗੀ, ਫੁੱਲ ਟੈਟ ਹੈ, ਕੰਮ ਸੈੱਟ ਹੈ, ਵਧੀਆ ਪੂਰੀ 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 ਪੈਂਟ ਹੈ, 30 ਨੰਬਰ ਮੰਗਾਈ ਸੀ ਤੇ ਮੈਂ ਤਾਂ ਬਾਈ ਨੂੰ ਕਹਿੰਦਾ ਸੀ 32 ਮੰਗਾਈ, 32 ਤਾਂ ਫਿਰ ਪਾਪੇ ਦੇ ਆ ਜਾਣੀ ਸੀ, ਫਿਰ ਪਾਪੇ ਵਾਸਤੇ ਵੀ ਮੰਗਾ ਦਿਓ ਹੌਲੀ ਦੀ ਹੌਲੀ, ਤੇ 230 ਰੁਪਏ ਚ ਟੈਨ ਇਹ ਨਾਲੇ ਆ ਕੀ ਕਹਿੰਦੇ ਹੁੰਦੇ ਸਟੈਚੂਬਲ ਜੀ ਕਹਿੰਦੇ ਹੁੰਦੇ ਕਿ ਹਾਂ ਨਹੀਂ ਆ ਤਾਂ ਆ ਦੇਖ ਉਵੇਂ ਹੀ ਹੈ, ਇੰਨੀ ਹੈ ਹਾਂ, ਫਿਰ ਵੀ ਐਵੇਂ ਤਾਂ ਵੀ ਟਾਈਟ ਤਾਂ ਪਾਣੀ ਨਾਲ ਧੋ ਧੋ ਕੇ ਤਾਂ ਕਾਹਦੀ ਦੇਉਂਗੀ, ਮੈਂ ਗਰਮ ਪਾਣੀ ਨਾਲ ਧੋਂਦੀ ਨਹੀਂ ਕੱਪੜੇ, ਗਰਮੀਆਂ ਆ ਗਈਆਂ ਬਾਈ ਦੇ, ਮੈਂ ਕੱਪੜੇ ਸਰਦੀ 'ਚ ਵੀ ਠੰਡੇ ਪਾਣੀ ਨਾਲ ਧੋਨੀ, ਅੱਛਾ ਆ ਦੇਖੋ ਆਹ ਮੇਰੇ ਚੰਦ ਅੱਜ ਪਜਾਮਾ ਕੁੜਤਾ ਪਾ ਕੇ ਖੜਾ, ਇੱਧਰੋਂ ਹੋ ਬਾਈ ਮਗਰ ਬਾਹਰ ਚਮਕਦਾ ਉੱਥੇ ਚੱਲ, ਆ ਦੇਖ ਕਟਿੰਗ ਸ਼ਟਿੰਗ ਕਰਾ ਕੇ ਆਇਆ, ਅੱਜ ਪਜਾਮਾ ਕੁੜਤਾ ਪਾ ਕੇ ਖੜਾ, ਪਜਾਮੇ ਕੁੜਤੇ 'ਚ ਲੰਮਾ ਲੱਗਦਾ ਹੈ, ਲੋ ਵੀ ਮਿੱਤਰੋ ਹਰ ਪਿਚਕਾਰੀ ਮੈਂ ਤੋਰਾ ਦਾ ਜੀ ਪਰ ਮਾਰੀ ਰੇ, ਮਾਰਾ ਪਿਚਕਾਰੀ ਇਹਦੀ ਖੋਲ ਕੇ ਤੁਹਾਡੇ ਹੌਲੀ ਆਈ ਜਾਂਦੀ, ਫਿਰ ਕੀ ਹੁੰਦਾ, ਗੱਪੇ ਗੋਲ ਲਿਆਂਦੇ ਅਸੀਂ ਤੇ ਹੁਣ ਅਸੀਂ ਅੱਜ ਅਸੀਂ ਗੱਪੇ ਗੋਲ ਖਾਵਾਂਗੇ, ਉਹ ਮੁੰਡਾ ਜਿਹਾ ਸੋਹਣਾ ਜਿਹਾ ਸੀ ਗੋਲ ਗੱਪੇ ਵਾਲਾ, ਮੈਂ ਵੇਖ ਕੇ ਆਈ, ਮੈਂ ਕਿਹਾ ਚੱਲ ਆ, ਤੇ ਕਈ ਕਈ ਬਾਹਲੇ ਗੰਦੇ ਜਿਹੇ ਹੱਥ ਘਚੋਲੀ ਜਾਂਦੇ ਰਹਿੰਦੇ ਹਨਾ, ਮੈਂ ਕਿਹਾ ਚੱਲ ਆ, ਉਹ ਜਰਦਾ ਜੁਰਦਾ ਲਾਉਂਦੇ ਆ ਉਵੇਂ ਵਿੱਚ ਹੱਥ ਘਚੋਲੀ ਜਾਂਦੇ ਆ, ਉਹਨਾਂ ਤੋਂ ਨਹੀਂ ਲਿਆਉਂਦੇ, ਯਾਦ ਨਾ ਕਰਾ, ਉਹਨਾਂ ਤੋਂ ਨਹੀਂ ਲਿਆਉਂਦੇ, ਮੈਂ ਪਾਣੀ ਡੋਲ ਦੇਣਾ, ਪਾਣੀ ਦੇ ਪਾਣੀ ਤਾਂ ਪਿਆ ਆਪਣੇ ਮਸਾਲਾ ਤਾਂ ਉਹਦਾ ਬਣਾ ਲਾਂਗੇ, ਐਂ ਤਾਂ ਨਹੀਂ ਘਚੋਲਦੇ, ਪਾਣੀ ਰੱਖਦੇ ਆ ਕੋਲ, ਅੱਜ ਅੱਜ ਫਿਰ ਕਰਾਂਗੇ ਬਾਈ, ਇਹ ਚਾਹੁੰਦਾ ਵੀ ਲੱਗਦਾ ਕਿ ਆਈ ਕੱਟ ਰਹੇ, ਕਈ ਲੋਕ ਰੋਜ਼ ਹੀ ਚੱਕੀ ਜਾਂਦੇ ਹੁੰਦੇ ਚਾਰ ਕੁ ਜੇ, ਮੈਂ ਕਿਹਾ ਆ ਇੱਕ ਹੀ ਜਣੇ ਵਾਸਤੇ ਲਿਜਾਂਦੇ, ਪਾਣੀ ਵਿੱਚ ਗਿਆ ਹਨਾ, ਇੱਕ ਗੋਲ ਗੱਪੇ ਤਾਂ ਸਿੱਟ ਤਾ, ਚੱਲ ਕੋਈ ਨਹੀਂ, ਲੋਕ ਲੈ ਆ ਤੇਰਾ 100 ਰੁਪਿਆ, ਆਲੂ ਪਿਆਜ਼ ਹੈ ਫਿਰ ਚੱਲ ਵੀ ਗੱਲ ਕਰਦੀ ਸਾਡੇ ਗੋਲ ਗੱਪਿਆਂ ਕੋਲ, ਕੁਛ ਨਹੀਂ, ਇੱਕ ਤਾਂ ਇਹ ਬੋਲੇ ਬਹੁਤ ਹੈ, ਵਾਰੀ ਵਾਰੀ ਪੁੱਛਦੇ ਆ, ਫਿਰ ਮਜ਼ੇ ਲੈਂਦੇ ਆ ਨਾ, ਇਹਨੂੰ ਤਾਂ ਕਹਿੰਦੇ ਪੇਂਡੂ ਲੋਕ, ਹੋਰ ਕਿਹਨੂੰ ਕਹਿੰਦੇ, ਚੱਲ ਵੀ ਸਵੇਰੇ ਵੇਖਿਆ ਸੀ ਸਵੇਰੇ ਵੀ ਮੇਰਾ ਪਾਪਾ ਜਾਂਦਾ ਸੀ ਬੁੱਢੇ ਜੋੜ, ਫਿਰ ਉਹ ਫੋਨ 'ਤੇ ਗੱਲ ਕਰਦਾ ਸੀ, ਅਗਲਾ ਕਹਿੰਦਾ ਸੀ ਵੀ ਉਹਦੇ ਨਾਲ ਦੋ ਜਾਣੇ ਆ ਮੋਟਰਸਾਈਕਲ 'ਤੇ, ਉਹ ਅੱਛਾ ਉਹਦੇ ਨਾਲ ਦੋ ਜਾਣੇ ਹੈ, ਅਤੇ ਉਹ ਕਹਿੰਦਾ ਆਪਾਂ ਜਾਵਾਂਗੇ 8 ਵਜੇ, ਫਿਰ ਆਪਾਂ 8 ਵਜੇ ਜਾਵਾਂਗੇ, ਪੂਰੇ ਮਜ਼ੇ ਕਰਦਾ ਸੀ, ਮੈਂ ਕਿਹਾ ਨਜ਼ਾਰੇ ਤਾਂ ਆ ਗੱਲ ਕਰਨ ਦੀ, ਇੱਥੇ ਵੀ ਸੌਣ ਹੈ ਤਾਜ਼ਾ, ਤੇ ਇੰਨੀ ਗੱਲ ਹੁੰਦੀ ਹੈ ਕਿਸੇ ਨਾਲ, ਜਾਂ ਫਿਰ ਆਏਗਾ ਕਿੰਨੇ ਵਜੇ ਆਏਗਾ, ਆਪੂ ਬਾਰੀ ਭੇਟ ਗਿਆ, ਚੱਲ ਚਾਹ ਵੀ ਲੈ, ਖਾਧਾ ਨਹੀਂ ਜਾਂਦਾ, ਤੂੰ ਤਾਂ ਇਹ ਖਾਂਦੀ ਰਹਿੰਦੀ ਹੈ ਛੋਟੀ ਹੁੰਦੀ ਤਾਂ, ਆਪੇ ਨਹੀਂ ਖਾਧਾ ਜਾਂਦਾ, ਤਈਓ ਤਾਂ ਕਹਿੰਦੀ ਸੀ ਦੇ ਮੈਨੂੰ ਮੈਂ ਖਾਵਾਂ ਗੱਪੇ ਕੋਲ, ਇਹ ਬੱਬੂ ਕੇ ਘਰੋਂ ਖਾ ਖਾ ਕੇ ਆਉਂਦੀ ਹੈ,
ਬੰਦੇ ਨਹੀਂ ਖਾਂਦੀ ਇਹ ਖਾਲੀ ਗੱਪੇ ਗੱਪੇ ਖਾਣੀਆਂ ਖਾਲੀ ਗੋਲ ਗੋਲ ਖਾਣੇ ਨੇ ਗੱਪੇ ਗੱਪੇ ਨਹੀਂ ਖਾਣੇ ਇੱਕ ਜਣੇ ਦੇ ਕਿੰਨੇ ਵੰਡੇ ਹੋਣਗੇ 70 ਹੈ ਇੱਕ ਤਾਂ ਘਟਾ ਦਿੱਤਾ ਤੂੰ ਹੁਣ ਚੀ ਚੀ ਕਰ ਲੈ ਬਾਕੀ ਦੇ ਵਾਧੇ ਮੇਰੇ ਹੋ ਜਾਣ ਲੈ ਚਮਚ ਨਹੀਂ ਜ਼ਿਆਦਾ ਹੀ ਹੈ ਆਪਾਂ ਜਾਣੇ ਕਿੰਨੇ 2 ਤੇ 2 4 ਤੇ ਪਾਪਾ ਤੇ ਪਿੰਕੂ ਖਾਂਦਾ ਨਹੀਂ ਉਹ ਨਹੀਂ ਖਾਂਦਾ ਤੇ ਪਿੰਕੂ ਗੋਲ ਗੱਪੇ ਤਾਂ ਨਹੀਂ ਖਾਂਦਾ ਖਾਊਂਗਾ ਕਿਉਂ ਨਹੀਂ ਖਾਂਦਾ ਕਿਉਂ ਤੂੰ ਪੈਸੇ ਦਿੱਤੇ ਸੀਗੇ ਪੈਸੇ ਲੈ ਲੈ ਮੈਂ ਕਿਹਾ ਤੂੰ ਤਾਂ ਭਾਈ ਜਵਾਬ ਦੇ ਦਿੰਦਾ ਚੱਲ ਬਹੁਤ ਹੋਈ 2 ਇਹਨੂੰ ਦੇ ਦਿਓ ਫਿਰ ਦੋ ਤਾਂ ਨਹੀਂ ਲਊਗਾ ਤੁਹਾਨੂੰ ਲੈ ਫਿਰ 2 ਤੇ ਚਮਚ ਲਿਆ ਦੇ ਦੋ ਛੀ ਤੇ 1 7 ਆ ਇੰਨੇ ਇੰਨੇ ਕਰ ਲੈਂਦੇ ਹਾਂ ਆਪੂ ਨੂੰ ਦੇ ਦੇਣੀ ਪਾਣੀ ਥੋੜ੍ਹਾ ਘਟਾ ਦੇ ਇੱਕ 8 ਜਾਣੇ ਆ ਕਿੰਨੇ ਕਿੰਨੇ ਆਏ ਪਰੀ ਨੂੰ ਗਿਟਿਆ ਨਹੀਂ ਕੋਈ ਨਹੀਂ ਲੈ ਵੀ ਸਾਡਾ ਹਿਸਾਬ ਰੋਲ ਗਦੋਲ ਹੋ ਗਿਆ 70 ਗੋਲ ਗੱਪੇ ਆ 70 ਹੈ ਤੇ ਫਿਰ 10 ਜਣਿਆਂ ਨੂੰ 7 7 ਤਾਂ ਫਿਰ ਵੀ ਆ ਜਾਂਦੇ ਆ ਹਾਂ ਤੇ ਆਪਾਂ 10 ਤੋਂ ਘੱਟ ਹੀ ਆ ਜਿਹੜੇ 72 ਪੰਡੇ ਬੜੀ ਲੈ ਵੀ ਹੁਣ ਜੋ ਤਾਂ ਕੈਲਕੂਲੇਟਰ ਕੱਢਣਾ ਪਊਗਾ ਕਿਉਂਕਿ ਮੈਥ 'ਚ ਮੈਂ ਮਸਾ ਮਸਾ ਪਾਸ ਹੋਇਆ ਸੀ 35 ਨੰਬਰ ਲੈ ਕੇ ਲੈ ਵੀ ਅੱਪੂ ਜੀ ਛੱਕੂਗਾ ਹੁਣ ਪਹਿਲਾਂ ਫਿਰ ਖਾਊਗਾ ਮਿਰਚਾਂਦ ਮਿਰਚਾਂਦ ਨੂੰ ਥੋੜ੍ਹਾ ਇਹ ਪਾਣੀ ਹੋਰ ਪਾ ਦਿੰਦੀ ਹਾਂ ਰੱਜ ਲੈ ਇਹ 9.9 ਵਾਂਗੂ ਆਉਣਗੇ 8.75 ਲੈਂਦਾ ਨਹੀਂ ਥੋੜ੍ਹੀ ਜਿਹੀ ਪਾਈਏ ਅਤੇ ਕਈਆਂ ਨੂੰ ਛੀਚੂ ਕਰ ਦਿਓ ਅਤੇ ਕਈਆਂ ਨੂੰ ਵੱਡੇ ਬੰਦਿਆਂ ਦੇ ਹਿਸਾਬ ਨਾਲ ਦੇਹ ਦੇ ਹਿਸਾਬ ਨਾਲ ਕਰਦੇ ਸਰੀਰ ਦੇ ਪਾਣੀ ਮੈਂ ਮਿੱਠਾ ਹੀ ਲਿਆਇਆ ਸੀ ਕਿਉਂਕਿ ਸਾਡੇ ਜਵਾਕ ਹੈ ਛੋਟੇ ਚਣੇ ਦੀ ਸਬਜ਼ੀ ਆ ਇੰਨੇ ਮਸਾਲੇ ਹੈ ਉਵੇਂ ਤਾਂ ਅਸੀਂ ਕਦੇ ਮਸਾਲੇ ਪਾਉਂਦੇ ਨਹੀਂ ਹੁੰਦੇ ਪਰ ਅੱਜ ਅਸੀਂ ਚਣਿਆਂ ਦੇ ਵਿੱਚ ਪਾਵਾਂਗੇ ਦੇਖੋ ਸੁੰਡ ਜਾਇਫਲ ਧਨੀਆ ਮੰਨੇ ਤਾਂ ਮਸਾਲੇ ਵਾਲਾ ਲਿਫਾਫਾ ਜੇ ਹੋਰ ਲਈ ਕਾਲੀਆਂ ਮਿਰਚਾਂ ਪਾਈਏ ਅਤੇ ਕਈ ਸਾਰੇ ਪਾ ਕੇ ਅਤੇ ਲਸਣ ਹਰੀਆਂ ਮਿਰਚਾਂ ਅਤੇ ਗੰਢੇ ਅਤੇ ਸਭ ਕੁੱਟਾਂਗੇ ਫਿਰ ਲਾਵਾਂਗੇ ਤੜਕਾ ਲੈ ਵੀ ਅੱਪੂ ਬਾਟੀ ਮੂਧੀ ਮਾਰ ਕੇ ਅਤੇ ਰੋਣ ਲੱਗ ਗਿਆ ਸੀ ਹਾਂ ਛੋਲੇ ਡੁੱਲ ਗਏ ਅਤੇ ਫਿਰ ਉਹਨੂੰ ਦੁਬਾਰੇ ਦਿੱਤੇ ਦੂਜੀ ਬਾਟੀ 'ਚ ਪਾ ਕੇ ਪੂਰੇ ਛਾਲੇ ਡੁੱਲ ਗਏ ਮੈਂ ਕਹਤਾ ਇਹ ਰੋਇਆ ਉਦੋਂ ਤੱਪੂ ਰੋ ਪਿਆ ਅੱਜ ਬਣਨ ਜਾ ਰਹੀ ਹੈ ਉਬਲੇ ਛੋਲਿਆਂ ਦੀ ਸਬਜ਼ੀ ਛੋਲੇ ਭਿਉਂਤੇ ਸੀ ਫਿਰ ਇਹਨੂੰ 2-4 ਬੜਕੇ ਦਵਾ ਲਏ ਹੁਣ ਆਹ ਪਾਣੀ ਵੀ ਸਣੇ ਵਿੱਚ ਹੀ ਪਾ ਦਿਆਂਗੇ ਆਹ ਮਸਾਲਾ ਕੁੱਟ ਲਿਆ ਤਰੇ ਤਰੇ ਦੇ ਮਸਾਲੇ ਪਾ ਕੇ ਫਿਰ ਲੱਗ ਰਿਹਾ ਇੱਧਰ ਤੜਕਾ ਇੱਧਰ ਦਿਖਾ ਨੇੜੇ ਕਰ ਲੱਗ ਰਿਹਾ ਤੜਕਾ ਅਤੇ ਅੰਗ ਅੰਗ ਫੜਕਾ ਬਣ ਗਿਆ ਸਬਜ਼ੀ ਛੋਲਿਆਂ ਦੀ ਜਿਹਨੇ ਜਿਹਨੇ ਖਾਣੀ ਹੈ ਛੇਤੀ ਆ ਜਾਓ ਇੱਕ ਜਣੇ ਨੇ ਸਾਨੂੰ ਬੂਰ ਵਾਸਤੇ ਰਿਕਾਰਡਿੰਗ ਭੇਜਤੀ ਪਰ ਉਹ ਦੂਰ ਬਹੁਤ ਹੈ ਉਹ ਦੂਰ ਹੈ
ਕੋਈ ਨੇੜੇ ਵਾਲਾ ਹੋਵੇ, ਕੋਈ ਨੇੜੇ ਵਾਲਾ ਹੋਵੇ ਤਾਂ ਸਾਨੂੰ ਕਮੈਂਟ ਕਰ ਦਿਓ, ਇੱਥੇ ਸਾਨੂੰ ਨੇੜੇ ਦੇਖਣ ਵਾਲਾ ਹੋਵੇ ਤਾਂ ਅਸੀਂ ਜਿਹੜਾ ਭੱਜ ਕੇ ਫੜ ਲਈ ਉੱਥੇ ਤਾਂ ਬੂਰ ਲੈਣ ਜਾਵਾਂਗੇ ਤਾਂ ਸਾਡਾ ਸਾਰਾ ਦਿਨ ਖਰਾਬ ਹੋ ਜਾਵੇ, ਹੈਨੀ ਤਾਂ ਟਾਈਮ ਕੱਢ ਕੇ ਨਵੇਂ ਲੀੜੇ ਪਾ ਕੇ ਜਾਊਂਗਾ। ਉੱਥੇ ਤਿੰਨ ਤਾਂ ਘਰ ਸਾਡੇ ਹੈ, ਪਹਿਲਾਂ ਦੋ ਘੰਟੇ ਤਿਆਰ ਹੁੰਦੇ ਲੱਕੜ, ਫਿਰ ਰੌਣ ਦੇ ਤਾ, ਫਿਰ ਤਾਂ ਸੂਰਜ ਛਿਪ ਜੂਗਾ ਪਰ ਅਸੀਂ ਘਰੇ ਨਹੀਂ ਵੜਾਂਗੇ। ਨਾਲੇ ਫਿਰ ਉੱਥੇ ਨਵਾਂ ਵਿਆਹ ਹੋਇਆ, ਟਾਈਮ ਤਾਂ ਲੱਗ ਹੀ ਜਾਣਾ, ਨਵੀਂ ਬਹੂ ਆਈ ਹੈ, ਲਵ ਦੀ ਮੈਰਿਜ, ਪਹਿਲੀ ਵਾਰੀ, ਪਹਿਲੀ ਵਾਰੀ ਸਾਡੇ ਖਾਨਦਾਨ 'ਚ, ਸਾਡੇ ਖਾਨਦਾਨ 'ਚ ਨਾ ਮੁੰਡਿਆਂ ਨੇ ਨਾ ਕੁੜੀਆਂ ਨੇ ਕਦੇ ਆਪੇ ਵਿਆਹ ਨਹੀਂ ਕਰਾਏ, ਮਾਂ ਪਿਓ ਨੇ ਹੀ ਕਰੇ ਸੀ ਅੱਜ ਤੱਕਰ, ਮਤਲਬ ਪੁਰਾਣੇ ਜਿਹੇ ਤਰੀਕੇ ਨਾਲ ਚੱਲੀ ਜਾਂਦਾ ਸਿਸਟਮ, ਦੇਖਾ ਦਾਖੀ ਵੀ ਨਹੀਂ ਕਰੀ ਸੀ ਮੁੰਡਿਆਂ ਦੀ, ਤਾਂ ਦੇਖਾ ਦਾਖੀ ਕਰਕੇ ਲਿਆਉਂਦੇ ਸੀ ਮੁੰਡਿਆਂ ਨੂੰ ਬਹੂਆਂ ਦਿਖਾ ਕੇ, ਪਰ ਆਪਦੀਆਂ ਕੁੜੀਆਂ ਕਿਸੇ ਨੂੰ ਨਹੀਂ ਦਿਖਾਉਂਦੇ ਸੀ ਮੁੰਡੇ ਨੂੰ, ਕਿਉਂਕਿ ਕੁੜੀ ਦੀ ਸੱਸ ਦੇਖ ਜੇ, ਸਹੁਰਾ ਦੇਖ ਜੇ, ਜੇਠ ਦੇਖ ਜਾਣ, ਦਰਾਣੀਆਂ ਦੇਖ ਜਾਣ, ਕੋਈ ਦੇਖ ਜੇ, ਪਰ ਉਹ ਘਰ ਵਾਲੇ ਨੂੰ ਨਹੀਂ ਸੱਦੇ ਸੀ ਦੇਖਣ ਵਾਸਤੇ, ਇੱਡਾ ਮਾੜਾ ਖਾਨਦਾਨ ਸੀ ਇਹਨਾਂ ਦਾ। ਪਹਿਲੀ ਵਾਰੀ ਰਿਕਾਰਡ ਟੁੱਟਿਆ, ਪਹਿਲੀ ਵਾਰੀ ਇੱਕ ਮੁੰਡੇ ਨੇ ਸਾਡੇ ਨੇ ਰਿਕਾਰਡ ਤੋੜਿਆ, ਜੇਠ ਦੇ ਦੋਹਤੇ ਨੇ ਜਿਹੜਾ ਲਵ ਮੈਰਿਜ ਕਰਾ ਕੇ ਆਇਆ ਪਹਿਲੀ ਵਾਰੀ। ਚੱਲ ਬੋਲ ਬੋਲ, ਆ ਦੇਖੋ ਬਾਹਰ ਮਾਇਆ, ਕਿਹਨੇ ਮਾਇਆ? ਪਾਪਾ ਨੇ ਬਣਾਇਆ ਬਾਹਰ, ਦੇਖੋ ਬਾਹਰ ਲਾਤਾ, ਇੰਨਾ ਛੋਣਾ, ਐਵੇਂ ਲੱਗਦਾ ਜਿਵੇਂ ਕੋਈ ਬਾਹਰ ਜੜਿਆ ਹੀ ਨਹੀਂ, ਹੈਨਾ। ਥੋੜ੍ਹੀ ਕਮੀ ਰਹਿ ਗਈ ਇਹਦੇ 'ਚ ਸਾਡੇ ਮਿਸਤਰੀ ਤੋਂ, ਮਿਸਤਰੀ ਸਾਡਾ ਕਹਿੰਦਾ ਵੀ ਇੱਥੇ ਕਿੱਟ ਹੋਰ ਲਵਾਉਣੀ ਹੈ ਫਿਰ ਪੂਰਾ ਆਊਗਾ ਬਾਹਰ। ਅਤੇ ਅੱਜ ਹੈ ਸਾਡੇ ਉਹ ਦੇਖੋ ਕਿੰਨੇ ਤਕੜੇ ਬੱਦਲ, ਇੱਕਦਮ ਕਾਲਾ ਛਾਂ, ਅੱਜ ਸ਼ਾਇਦ ਮੀਂਹ ਆ ਸਕਦਾ। ਹਾਂ ਚਲੋ ਜੀ, ਅਸੀਂ ਅੱਜ ਕਰ ਲਈ ਰਸੋਈ ਸਾਫ, ਅਸੀਂ ਅੱਜ ਸਾਰੇ ਦਿਨ ਦੇ ਲੱਗੇ ਰਹੇ ਰਸੋਈ ਨੂੰ। ਅਤੇ ਆ ਦੇਖੋ ਇੱਥੇ ਲਗਨੀ ਦਾ ਦੁੱਧ ਉੱਬੜੀ ਜਾਂਦਾ ਲਗਨੀ ਪਰੀ ਵਾਸਤੇ, ਦੇਖੋ ਅੱਜ ਅਸੀਂ ਸਾਰੇ ਬਰਤਨ ਚਮਕਾ ਤੇ ਸਾਰੇ ਸਾਰੇ ਇੱਕ ਆ ਬਾਲਟੀ ਲਿਆਂਦੀ, ਆਹ ਭਰ ਕੇ ਭਾਂਡਿਆਂ ਦੀ ਇਹਦੇ ਵਿੱਚ ਰੱਖਤੀ, ਦੇਖੋ ਕੁਛ ਬਰਤਨ ਐਵੇਂ ਰੱਖੇ ਵੀ ਇੱਥੇ ਐਸ 'ਚ ਵੀ, ਐਵੇਂ ਕਰਕੇ ਇਸ 'ਚ ਅੱਗੇ ਅੱਗੇ ਇਸ ਤੋਂ ਅੱਗੇ ਰਾਸ਼ਨ ਹੈ, ਕੁਛ ਰਾਸ਼ਨ ਇਸ ਤਰ੍ਹਾਂ ਸੰਭਾਲਤਾ, ਆਹ ਭਾਂਡਿਆਂ ਵਾਲੇ ਸਾਬਣ ਹੈ, ਪੇਟੀ ਲਿਆ ਕੇ ਪਾਈ ਇਹ 'ਚ, ਪਰੇ ਰੱਖ ਪਰੇ ਰੱਖ ਪਰੇ ਰੱਖ, ਅਤੇ ਸਾਰੀ ਅੱਜ ਸਾਫ਼ ਸਫਾਈ ਕਰਤੀ ਮੈਂ, ਥੋੜ੍ਹੇ ਸਮਾਨ ਇੱਥੇ ਜਚਾਤਾ। ਚਲੋ ਜੀ ਠੀਕ ਹੈ, ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਨਵੇਂ ਹੋ, ਅਤੇ ਪੁਰਾਣੇ ਨਵੇਂ ਸਾਰੇ ਕਰਿਓ ਕਮੈਂਟ, ਅਤੇ ਅੱਜ ਹੀ ਮੰਨਿਓ ਰਾਮ ਰਾਮ, ਕੱਲ੍ਹ ਨੂੰ ਮਿਲਾਂਗੇ ਇੱਕ ਨਈ ਸੁਬਹ ਕੇ ਸਾਥ ਨਏ ਵੀਡੀਓ ਮੇਂ, ਬਾਏ 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 ਬਾਏ।